पिछले 3 घंटे तो नॉन स्टॉप स्नो पै रही है, बट लुक एट अवर ट्री द लाइट ऑन इट लुक्स ब्यूटीफुल। एक ट्री असी अंदर भी लाना, ये यानी कि साडा बुजुर्ग ट्री हो गया, बट जिहड़ा साडा एक्चुअल घर वाला ट्री आ वह जाऊगा इत्थे, विच विल गो नैक्सट वीक। ਸੋ ਪਿਛਲੇ 3-4 ਵੀਕ ਦੇ ਬਾਅਦ ਹੀ ਅਸੀਂ ਕੰਮ ਕਰਦੇ ਗਏ ਅਤੇ ਘਰ ਦੇ ਅੰਦਰ ਸਾਡੇ ਪੈਕੇਜਸ ਦੇਖੋ ਕਿੰਨੇ ਆਏ ਪਏ ਆ। ਇਹ ਆ ਸਟਾਫ ਜਿਹੜਾ ਕਿ ਜਿਵੇਂ ਸਾਡੇ ਆ ਪੜਦੇ ਲੱਗਣ ਵਾਲੇ ਆ, ਉਹ ਮੋਸਟਲੀ ਸਟਾਫ ਜਿਹੜਾ ਵਾ ਉਹ ਬੇਬੀ ਦਾ ਵਾ। ਸੋ ਜਿਵੇਂ ਪੈਕੇਜਸ ਕਾਊਂਟ ਕਰਨ ਲੱਗਾ, 1, 2, 3, 4, 5, 6, 7, 8, ਦਿਸ ਸਟਾਫ 9, 10, 11, 12, 13, 14। ਯੂ ਨੋ ਤੁਸੀਂ ਇੱਕ ਜੀਜੀ ਤੋਂ ਬੰਦੇ ਹਾਇਰ ਕਰ ਸਕਦੇ ਹੋ ਜਿਹੜਾ ਕਿ ਘਰੇ ਆ ਕੇ ਤੁਹਾਡਾ ਸਮਾਨ ਇੰਸਟਾਲ ਕਰ ਸਕਦੇ ਆ, ਬਟ ਸਿੰਸ ਆਈ ਹੈਵ ਆਲ ਦੀਸ ਟੂਲਸ, ਡੂ ਇਟ ਯੂਰਸੈਲਫ। ਗੈਸ ਵਾਟ, ਗੈਸ ਵਾਟ, ਇਟ ਇਜ਼ ਸਨੋਇੰਗ ਅਗੇਨ। ਆਈ ਵਾਂਟ ਟੂ ਸ਼ੋਅ ਯੂ ਦ ਹਾਊਸ ਕਿ ਸਨੋ ਦੇ ਵਿੱਚ ਸਾਡਾ ਹਾਊਸ ਦੂਰੋਂ ਕਿੱਦਾਂ ਦਾ ਲੱਗਦਾ। ਇਟਸ ਅਵਰ ਹਾਊਸ, ਦੋਸ ਆਰ ਅਵਰ ਟ੍ਰੀਸ, ਦਿਸ ਇਜ਼ ਅਵਰ ਸ਼ੈਡ, ਬੈਕ ਇਨਸਾਈਡ ਦ ਹਾਊਸ ਠੰਡ ਲੱਗ ਜਾਣੀ ਆ। ਸੋ ਪ੍ਰੋਜੈਕਟ ਨੰਬਰ 1, ਆ ਜਿਹੜੀਆਂ ਪਿੱਛੇ 2 ਖਿੜਕੀਆਂ ਦੇਖਦੀਆਂ, ਵਾਓ ਆਹ ਖਿੜਕੀ ਆ, ਆਹ ਡੋਰ ਆ, ਇੱਥੇ ਪੜਦੇ ਲਾਉਣੇ ਆ ਕਿਉਂਕਿ ਇੱਥੋਂ ਰੋਸ਼ਨੀ ਇੰਨੀ ਆਉਂਦੀ ਆ, ਵਿੱਚ ਇਜ਼ ਅ ਗੁੱਡ ਥਿੰਗ। ਪਰ ਜਦੋਂ ਮੈਂ ਟੀ ਵੀ ਦੇਖਣਾ ਹੁੰਦਾ ਨਾ, ਮੈਨੂੰ ਫਿਰ ਟੀ ਵੀ ਨਹੀਂ ਦੇਖਦਾ, ਸੋ ਪੜਦੇ ਲਾਉਣੇ ਪਹਿਲਾਂ। ਸੋ ਫਸਟ ਕਰਟਨ ਇੰਸਟਾਲ, ਨਾਓ ਫਾਈਨਲੀ ਵੀ ਹੈਵ ਸਮ ਕੰਟਰੋਲ ਆਫ ਦ ਲਾਈਟ ਜਿਹੜੀ ਸਾਡੇ ਘਰ ਦੇ ਵਿੱਚ ਆਉਂਦੀ ਆ, ਬਟ ਇਟਸ ਸਨੋਇੰਗ ਮੋਰ ਐਂਡ ਮੋਰ। ਸੋ ਸਾਡਾ ਦੂਜਾ ਪਰਦਾ ਵੀ ਇੰਸਟਾਲ ਹੋ ਗਿਆ, ਪਹਿਲਾ ਪਰਦਾ ਉੱਥੋਂ, ਆਹ ਜਿਹੜਾ ਅਸੀਂ ਲਿਆ ਕੋਸਕੋ ਤੋਂ, ਹੋਮ ਡਿਪੂ ਤੋਂ। ਸੋ ਹਾਲ ਅਸੀਂ ਲਿਆ ਹੋਮ ਡਿਪੂ ਤੋਂ, ਇਹ ਕਸਟਮ ਮੇਡ ਆ। ਸੋ ਤੁਸੀਂ ਆਪਣੀ ਮੈਜ਼ਰਮੈਂਟ ਲੈ ਕੇ ਉਹਨਾਂ ਨੂੰ ਭੇਜ ਦਿਉ, ਉਹ ਤੁਹਾਨੂੰ ਉਹਦੀ ਮੈਜ਼ਰਮੈਂਟ ਦੇ ਅਕੋਰਡਿੰਗਲੀ ਪਰਦਾ ਬਣਾ ਕੇ ਭੇਜ ਦਿੰਦੇ ਆ। ਆਹ ਜਿਹੜਾ ਵਾ ਇਹ ਅਸੀਂ ਲਿਆ ਕੋਸਕੋ ਤੋਂ, ਇਹ ਅਸੀਂ ਪਰਦੇ ਮੇਰੇ ਹਿਸਾਬ ਨਾਲ 2-3 ਕਲਰ ਲੈ ਲਏ ਸੀਗੇ, ਇੱਕ ਆਹ ਕਲਰ ਆ ਇਹਦਾ, ਕਿਉਂਕਿ ਇਹ ਮੋੜਨੇ ਸੌਖੇ ਹੁੰਦੇ ਆ। ਸੋ 3 ਘੰਟੇ ਅਤੇ ਆ ਖਲਾਦਾ ਪਾਉਣ ਤੋਂ ਬਾਅਦ ਸਾਡਾ ਨਾਈਟ ਸਟੈਂਡ ਫਾਈਨਲੀ ਪੂਰਾ ਲੱਗ ਗਿਆ ਵਾ, ਵਿੱਚ ਵੀ ਐਕਚੁਅਲੀ ਗੋਟ ਇਟ ਫਰੋਮ ਕੋਸਕੋ। ਸਸਤਾ ਸੀਗਾ ਉਹ ਉੱਥੇ, ਬਟ ਸਸਤੀ ਚੀਜ਼ ਦੀ ਇੱਕ ਗੱਲ ਮੈਨੂੰ ਅੱਜ ਪਤਾ ਲੱਗੀ ਕਿ ਉਹਨੂੰ ਜੋੜਨ ਨੂੰ ਓਨਾ ਹੀ ਵੱਧ ਟਾਈਮ ਲੱਗਦਾ ਵਾ। ਇਟ ਟੁੱਕ ਮੀ 3 ਆਵਰਸ ਟੂ ਪੁੱਟ ਦਿਸ ਟੁਗੈਦਰ। ਨੋਰਮਲੀ ਮੈਨੂੰ ਆਪਣੇ ਆਪ 'ਤੇ ਬਹੁਤ ਮਾਣ ਹੁੰਦਾ ਕਿ ਮੈਂ ਚੀਜ਼ਾਂ ਛੇਤੀ ਜੋੜ ਦਿੰਦਾ, ਬਟ ਇਹਨੇ ਅੱਜ ਉਹ ਮਾਣ ਭੰਨਿਆ ਨਾਈਟ ਸਟੈਂਡ ਨੇ। ਇੱਕ ਨਾਈਟ ਸਟੈਂਡ ਸਾਨੂੰ ਹੋਲ ਚਾਹੀਦਾ ਇੱਥੇ ਜਿਹੜਾ ਪਿਆ ਬਾਅਦ ਆਲਰੇਡੀ, ਬਟ ਆਮ ਨੋਟ ਗੋਇੰਗ ਟੂ ਡੂ ਇਟ ਟੁਡੇ। ਆਈ ਥਿੰਕ ਦਿਹਾੜੀ ਲੱਗ ਗਈ ਆ, ਹੁਣ ਕੱਲ੍ਹ ਕਰਾਂਗੇ ਬਾਕੀ ਦਾ ਕੰਮ, ਜਦ ਕਿ ਸਨੋ ਹਜੇ ਤੱਕ ਨਹੀਂ ਰੁਕੀ ਹੈਗੀ, ਬਾਅਦ ਇਟਸ ਕੰਟੀਨਿਊਸਲੀ ਗੋਇੰਗ। ਪਾਂਡਾ ਪਾਓ ਅੰਮ੍ਰਿਤ ਚਿਤ ਧਾਰ, ਕੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਨ ਕਾ। ਤੋ ਰਾਗ ਤੇ ਪੁਪਾ ਅੰਡ ਜੇ ਜੇ ਰਜ ਸੇ ਕੁਤਕੀਨੀ, ਉਹ ਖੁਜ ਖਾਨ ਬਹੁ ਰੱਖੀਨੀ, ਕਹੋ ਕੋ ਰਾਜਾ ਹਵੇ ਬੈਠਾ, ਕਹੋ ਸਿਮਟ ਭਇਓ ਸੰਕਰ ਇਕੈਠਾ, ਸਗਰੀ ਕ੍ਰਿਸ਼ਟ ਦਿਖਾਏ ਸੰਭਵ, ਆਪ ਜਗਾਰ ਸਰੂਪ ਸੰਭਵ। ਵਲੌਗ ਦਾ ਆਹ ਪਾਰਟ ਹੈ ਜਿਹੜਾ, ਇਹ ਬਿਲਕੁਲ ਵੀ ਪਲੈਨਡ ਨਹੀਂ ਸੀਗਾ ਸ਼ੂਟ ਕਰਨ ਦੇ ਲਈ, ਬਟ ਕੱਲ੍ਹ ਸਾਡੇ ਪਹਿਲੀ ਸਨੋਅ ਪਈ ਅਤੇ ਸਵੇਰ ਦੇ ਟ੍ਰੀ ਜਿਹੜੇ ਆ ਸਨੋਅ ਨਾਲ ਲੱਦੇ ਪਏ ਸੀਗੇ। ਲੁਕਡ ਸੋ ਬਿਊਟੀਫੁਲ, ਇਟ ਬ੍ਰਿੰਗਸ ਬੈਕ ਦ ਮਿਡ ਕਲਾਸ ਜੀਤ ਫਰੋਮ ਲੁਧਿਆਣਾ, ਜਿਹੜਾ ਕਿ ਹਮੇਸ਼ਾ ਸ਼ਿਮਲੇ ਜਾਣਾ ਚਾਹੁੰਦਾ ਹੁੰਦਾ ਸੀ ਕਿ ਮੈਂ ਸਨੋਅ ਦੇ ਵਿੱਚ ਉੱਥੇ ਕਿਸੇ ਹੋਟਲ 'ਚ ਰਹਿ ਕੇ ਬਾਅਦ ਟ੍ਰੀ ਦੇ ਉੱਤੇ ਸਨੋਅ ਪੈਂਦੀ ਦੇਖਾਂ, ਬਟ ਰੱਬ ਨੇ ਇਸ ਬਾਬੇ ਦਾ ਤਾਂ ਬਣਾਇਆ ਹੈ। ਹੁਣ ਅਸੀਂ ਨਿੱਘੇ ਘਰਾਂ 'ਚ ਰਹਿ ਕੇ ਇੱਥੇ ਕਨੇਡਾ 'ਚ ਬਾਅਦ ਸਨੋਅ ਪੈਂਦੀ ਦੇਖਦੇ ਹਾਂ। ਸੋ ਆਮ ਗ੍ਰੇਟਫੁਲ ਫੋਰ ਦੈਟ। ਸਵੇਰ ਦੇ 5:30 ਹੋਏ ਆ, ਆਮ ਹੇਅਰ ਟੂ ਡੂ ਮਾਈ ਵਰਕਆਊਟ, ਵੀ ਹੈਵ ਅ ਲੌਂਗ ਡੇ ਅਹੈਡ। Sharing our secrets, making dreams come true.
Let's have a toast for the lovers. Her chada cup is as big as her face. So building वाला जिहड़ा project है ये हुण अगले summer तक साडा hold ते है क्योंकि snow पै गई है ते अगले दो weekend भी snow ही show हुंदी पई है ते temperature इस समय -3 degrees है club में तां पाए हुए है. So main building का use जिहड़ा साडा सीगा वो सीगा असीं गड्डियां दी parking दे लई बिल्डिंग रखी सीगी ते स्नो ब्लोअर खड़ाउण दे लई. सो इस वार जिहड़ी स्नो पई है वो इन्नी ज़्यादा नहीं पई, पर तो पहला कि ज़्यादा स्नो पवे सानू स्नो ब्लोअर लियाउणा पैणा ते उहदी हुण थां बणाउणी पैणी है. ਮਿੰਟ ਅਸੀਂ ਲਾ ਕੇ ਜੋ $500 ਬਚਾ ਲਿਆ. ਜੇ ਇੱਥੇ ਸਾਡੇ ਸਨੋ ਬਲੋਕ ਖੜਨ ਦੀ ਥਾਂ ਨਾ ਬਣਦੀ ਤਾਂ ਮੇਰਾ ਪਲਾਨ ਸੀਗਾ ਕਿ ਉੱਥੇ ਜਿਹੜਾ ਸ਼ੈਲਟਰ ਹੁੰਦਾ ਉਹ ਲਿਆ ਕੇ ਲਾਵਾਂ ਅਤੇ ਉਹ 'ਚ ਸਨੋ ਬਲੋਕ ਖੜਾਵਾਂ. ਔਰ ਖਾਸ ਆਫ ਮਾਈ ਵਾਈਫ, ਮੈਂ ਕਹੀ ਜਾਂਦਾ ਕਿ ਮੈਂ ਲੈ ਕੇ ਆਉਣਾ ਸ਼ੁਰੂ ਨੋ 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 ਵੇਟ ਵੇਟ ਉਹ ਕਲੀਨ ਅਪ. ਐਂਡ ਇਹ ਹੁੰਦਾ ਇੱਕ ਹੋਰ ਫਾਇਦਾ ਵਿਆਹ ਕਰਾਉਣ ਦਾ. ਹਾਂ ਮੰਜਾ ਵੀ ਇੱਥੇ ਡਾ ਸਕਦੇ, ਪਰ ਸਾਡਾ ਜਿਹੜਾ ਪੋਰਟੇਬਲ ਮੰਜਾ ਉਹ ਅਸੀਂ ਇੱਥੇ ਰੱਖਿਆ ਹੋਇਆ ਕਿਉਂਕਿ ਉਹਨੂੰ ਗਰਮੀਆਂ 'ਚ ਕੱਢਾਂਗੇ ਬਾਅਦ. ਜਿਹੜੀਆਂ ਜਿਹੜੀਆਂ ਚੀਜ਼ਾਂ ਵੀਕਐਂਡ ਕੀਤੀਆਂ, ਪਰਦੇ ਲਾ ਲਏ, ਨਾਈਟ ਟੇਬਲ ਇੰਸਟਾਲ ਕਰ ਲਿਆ, ਥਾਂ ਬਣਾ ਕੇ ਅਸੀਂ $400 ਉੱਥੇ ਬਚਾ ਲਏ, ਹੁਣ ਸਨੋ ਬਲੋਅਰ ਲੈ ਕੇ ਆਉਣਾ ਅਤੇ ਇੱਕ ਕੰਮ ਜਿਹੜਾ ਮੇਨ ਆ ਬਹੁਤ ਇੰਪੋਰਟੈਂਟ ਆ, ਬੈਗਸ ਪੈਕ ਕਰਨੇ. ਪਿੰਦਰ ਨੇ ਆਪਣਾ ਬੈਗ ਪੈਕ ਕਰਨਾ, ਮੈਂ ਆਪਣਾ ਬੈਗ ਪੈਕ ਕਰਨਾ ਵਾ ਜਿਹੜਾ ਹੋਸਪਿਟਲ ਲੈ ਕੇ ਜਾਣਾ. ਫਸਟ ਐਕਸਪੀਰੀਅੰਸ ਹੈ, ਸੋ ਆਈ ਜਸਟ ਵਾਂਟ ਟੂ ਸ਼ੇਅਰ ਇਟ ਵਿਦ ਯੂ ਗਾਇਜ਼. ਅਤੇ ਆਹ ਵਲੌਗ ਇੱਥੋਂ ਤੱਕ ਦੇਖਣ ਲਈ ਤਾਂ ਬਹੁਤ ਧੰਨਵਾਦ. ਆਪਾਂ ਮਿਲਾਂਗੇ ਅਗਲੇ ਵਲੌਗ ਦੇ ਵਿੱਚ. ਉਹ ਤੱਕ